ਉਹ ਕੱਲ ਦੇਖਿਆ ਪਰਸੋਂ ਤੁਸੀਂ ਬਠਿੰਡੇ, ਉਹ ਰਾਤ ਨੂੰ ਜ਼ਿਆਦਾ ਪੀ ਲਈ, ਸ਼ਾਮ ਨੂੰ ਸ਼ੋਰ ਪੀ ਲਈ, ਉਹਨੂੰ ਸਾਰਾ ਹਿੱਲ ਗਿਆ ਪਤਾ ਨੀ, ਗੱਡੀ ਤੇ ਆ ਕੇ ਨੱਚਣ ਲੱਗ ਗਿਆ, ਬੋਤਲ ਲਿਆ ਕੇ ਸਿਰ ਚ ਪਾਉਣ ਲੱਗ ਗਿਆ। ਮੁੱਖ ਮੰਤਰੀ ਦੇ ਕੰਮ ਹੈ ਆਪਾਂ ਵੀ ਹੱਥ ਆ ਯਾਰ, ਮੈਂ ਤੈਨੂੰ ਇੱਕ ਗੱਲ ਦੱਸਦਾ, ਮੁੱਖ ਮੰਤਰੀ ਕਿਹੜਾ ਚੁਣਿਆ ਹੈ ਇਹਨੇ? ਇੱਕੋ ਹੀ ਗਰੰਟੀ ਪੂਰੀ ਕੀਤੀ ਹੈ, ਉਹ 15 ਅਗਸਤ ਨੂੰ ਕੀ ਗਿਆ ਸੀ ਇਹਨੇ ਕਿ ਮੈਂ ਬਾਪ ਬਣ ਜੂੰਗਾ, ਉਹ ਗਰੰਟੀ ਪੂਰੀ ਕੀਤੀ। ਤੁਸੀਂ ਝਾੜੂ ਵਾਲੇ ਦੇਖੋ ਸਾਰਿਆਂ ਨੇ ਨਵੇਂ ਵਿਆਹ ਕਰਾਏ ਕਿ ਨਹੀਂ, ਪੁਲਿਸ ਵਾਲੇ ਖੜੇ। ਇੱਕ ਦੱਸਿਓ ਯਾਰ, ਸ਼ਰਾਬ ਪੀ ਕੇ ਚਲਾਉਣਾ ਗੁਨਾ ਹੈ? ਕੀ ਕਰਦੇ ਹੋ ਤੁਸੀਂ, ਰੋਕ ਲੈਂਦੇ ਹੋ, ਅੰਦਰ ਕਰ ਦਿੰਦੇ ਹੋ? ਜੇ ਦਾਰੂ ਪੀਤੀ ਹੋਏ ਥਰਮਾਮੀਟਰ ਲਾ ਕੇ ਗੱਡੀ ਨੀ ਚਲਾਉਣ ਦਿੰਦੇ? ਪਰ ਤੁਹਾਡਾ ਮੁੱਖ ਮੰਤਰੀ ਦਾ ਬੋਤਲ ਪੀ ਕੇ ਚਲਾਈ ਜਾਂਦਾ ਪੰਜਾਬ, ਉਹਦੇ ਥਰਮਾਮੀਟਰ ਲਾ ਕੇ ਦੇਖੋ। ਉਹ ਕੱਲ ਦੇਖਿਆ ਪਰਸੋਂ ਤੁਸੀਂ ਬਠਿੰਡੇ, ਉਹ ਰਾਤ ਨੂੰ ਜ਼ਿਆਦਾ ਪੀ ਲਈ, ਸ਼ਾਮ ਨੂੰ ਸ਼ੋਰ ਪੀ ਲਈ, ਉਹਨੂੰ ਸਾਰਾ ਹਿੱਲ ਗਿਆ ਪਤਾ ਨੀ, ਗੱਡੀ ਤੇ ਆ ਕੇ ਨੱਚਣ ਲੱਗ ਗਿਆ, ਬੋਤਲ ਲਿਆ ਕੇ ਸਿਰ ਚ ਪਾਉਣ ਲੱਗ ਗਿਆ। ਮੁੱਖ ਮੰਤਰੀ ਦੇ ਕੰਮ ਹੈ ਆਪਾਂ ਵੀ ਹੱਥ ਆ ਯਾਰ, ਮੈਂ ਤੈਨੂੰ ਇੱਕ ਗੱਲ ਦੱਸਦਾ, ਮੁੱਖ ਮੰਤਰੀ ਕਿਹੜਾ ਚੁਣਿਆ ਹੈ ਇਹਨੇ? ਇੱਕੋ ਹੀ ਗਰੰਟੀ ਪੂਰੀ ਕੀਤੀ ਹੈ, ਉਹ 15 ਅਗਸਤ ਨੂੰ ਕੀ ਗਿਆ ਸੀ ਇਹਨੇ ਕਿ ਮੈਂ ਬਾਪ ਬਣ ਜੂੰਗਾ, ਉਹ ਗਰੰਟੀ ਪੂਰੀ ਕੀਤੀ। ਤੁਸੀਂ ਝਾੜੂ ਵਾਲੇ ਦੇਖੋ ਸਾਰਿਆਂ ਨੇ ਨਵੇਂ ਵਿਆਹ ਕਰਾਏ ਕਿ ਨਹੀਂ? ਜਿਹਨਾਂ ਦੇ ਨਹੀਂ ਹੋਏ ਸੀ ਉਹ ਵੀ ਕਰਾ ਕੇ ਸਾਰੇ, ਹੋਰ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ, ਕੋਈ ਕੰਮ ਨਹੀਂ, ਡੱਕਾ ਤੋੜਿਆ ਨਹੀਂ, ਝੂਠ ਤੇ ਝੂਠ, ਝੂਠ ਤੇ ਝੂਠ, ਝੂਠ ਤੇ ਝੂਠ। ਫਿਰ ਆਪਾਂ ਆਪਣੀ ਕਿਸਮਤ ਹੀ ਖਰਾਬ ਕੀਤੀ ਹੈ ਨਾ, ਆਪਾਂ ਆਪਣੇ 10 ਸਾਲ ਖਰਾਬ ਕਰ ਲਏ। ਜਿਹੜਾ 50 ਸਾਲ ਦਾ ਸੀ ਉਹ 60 ਸਾਲ ਦਾ ਹੋ ਗਿਆ, ਜਿਹੜਾ 40 ਸਾਲ ਦਾ ਸੀ ਉਹ 50 ਸਾਲ ਦਾ ਹੋ ਗਿਆ। ਮੈਂ ਹੱਥ ਜੋੜ ਕੇ ਬੰਦਾ ਹੋਰ ਨਾ ਤਜਰਬਾ ਕਰ ਲਓ, ਕਿਤੇ ਹੋਰ ਇੱਕ ਆ ਗਿਆ ਬੰਦਾ ਕਹੂਗਾ ਮੈਨੂੰ ਮੌਕਾ ਦਿਓ 5 ਸਾਲ ਵਾਸਤੇ, ਤੁਸੀਂ ਕਿਹਾ ਚੱਲ ਤੂੰ ਵੀ ਲੈ ਲਾ। ਹੁਣ ਆਪਣੇ ਆਪਣੇ ਹੈ, ਅਕਾਲੀ ਦਲ ਕੌਮ ਦੀ ਜਥੇਬੰਦੀ ਹੈ, ਤੁਹਾਡੀ ਜਥੇਬੰਦੀ ਹੈ, 103 ਸਾਲ ਪੁਰਾਣੀ ਜਥੇਬੰਦੀ ਹੈ, ਤੁਹਾਡੇ ਬਜ਼ੁਰਗ ਨੇ ਖੜੀ ਕੀਤੀ। ਇੱਥੇ ਬਹੁਤ ਬਜ਼ੁਰਗ ਹੋਣੇ ਆ ਜਾਂ ਨੌਜਵਾਨ ਹੋਣੇ ਆ ਜਿਨ੍ਹਾਂ ਦੇ ਬਜ਼ੁਰਗਾਂ ਨੇ ਬਾਦਲ ਸਾਹਿਬ ਨਾਲ ਜੇਲਾਂ ਕੱਟੀਆਂ ਹੋਣੀਆਂ, ਹੱਥ ਖੜੇ ਕਰੋ ਜਿਨ੍ਹਾਂ ਦੇ, ਆ ਦੇ ਖੜੇ। ਆ ਅਕਾਲੀ ਦਲ ਜਿਨ੍ਹਾਂ ਨੇ 4 ਸਾਲ, 3 ਸਾਲ, 5 ਸਾਲ, 10 ਸਾਲ ਜੇਲਾਂ ਚ ਗਏ ਹੈ।